हेलो हेलो हाँ जी पापा, तू फोन करी जाने मैं शूट कर रहा हूं। और तू मैनू दसेगा ब्याह कराड़ा ब्याह। ओ यार मैं क्या ना तो मैं नहीं ब्याह कराना, मैं हजे नन्ना मुन्ना बच्चा वा। मैं तेनू व्हाट्सएप ते कुड़ी दी वीडियो सेंड कर रहा, चेक कर। ओ यार भेजो वीडियो पापा। यार पापा भी ना मगरी बैठ दे ब्याह दे। मेरे पिया भी कहने लगे हैं मैं ना रही। ओए ना कह दी बढ़िया कुड़ी अपन नु आ गई पसंद। पापा पापा मैंने कुड़ी पसंद आ, मेरा ब्याह कर दो, मैं रेडी हां। हां पक्का ब्याह। चल पुत्र दूध क्यों पी, रज के पद मर के गज के ब्याह पक्का बने। आपा और वीडियो देख दे। मुंडा टोरंटो यार तो बड़ी होनी है शाम के सिदो। ਕਿੱਦਾਂ ਫਿਰ ਗਾਈਜ਼, ਇਹ ਵਾਲੀ ਵੀਡੀਓ ਸਾਰੇ ਜਾਣੇ ਦੇਖ ਸਕਦੇ ਨੇ, ਬੱਚੇ ਬੁੱਢੇ ਜਵਾਨ ਪਹਿਲਵਾਨ ਮਿਹਰਬਾਨ ਕਦਰਦਾਨ ਗਾਰਲਿਕ ਨਾਨ। ਅਤੇ ਇਹ ਵਾਲੀ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ, ਅਮਰਵੀਰ ਦੇ ਭੈਣ ਦੇ ਭਰਾ ਨੇ ਕਿਸੇ ਨੇ ਭਮੱਤਰ ਕੇ ਥੱਲੇ ਵਰਗੇ ਭੈੜੇ ਭੈੜੇ ਕਮੈਂਟ ਬਿਲਕੁਲ ਵੀ ਨਹੀਂ ਕਰਨੇ। ਐਂਡ ਗਾਈਜ਼, ਮੈਂ ਯੂਥੂਬ 'ਤੇ ਪੋਲ ਪਾਇਆ ਸੀ ਵੀ ਨੈਕਸਟ ਟੋਪਿਕ ਕੀ ਰੱਖੀਏ, ਅਤੇ 60% ਵੋਟਿੰਗ ਆਈ ਆ ਟਿੱਕਟੋਕ ਰੋਸਟ ਨੂੰ। ਚੱਲੀਏ ਸ਼ੁਰੂ ਕਰਦੇ ਹਾਂ। ਇਸ ਕੱਚੀ ਕਲੀ ਦਾ ਨਾਮ ਆ ਅਯਾਨ ਮਸੀਹ, ਜਿਹੜੀ ਆਪਣੀ ਟਿੱਕਟੋਕ ਤੇ ਬਵਾ ਸੀਰ ਫੈਲਾ ਰਹੀ ਆ ਰਿਹਾ ਵਾ ਰਹੀ ਆ। ਇਸ ਦਾ ਮਤਲਬ ਸਮਝੇ ਦਿਆ। ਚਲੋ ਜੋ ਵੀ ਆ, ਇੱਕ ਤਾਂ ਪਤਾ ਨਹੀਂ ਲੱਗਦਾ ਯਾਰ ਟਿੱਕਟੋਕ ਤੇ ਕੌਣ ਮੁੰਡਾ ਵਾ ਤੇ ਕੌਣ ਕੁੜੀ ਆ, ਮੁੰਡੇ ਕੁੜੀਆਂ ਬਣੀ ਜਾਂਦੇ, ਕੁੜੀਆਂ ਮੁੰਡੇ ਬਣੀ ਜਾਂਦੇ ਨੇ। ਤੇ ਇਹ ਕੱਚੀ ਕਲੀ ਠੁਮਕ ਠੁਮਕ ਕੇ ਆਪਣੀ ਨੱਟ ਖੱਟ ਜਵਾਨੀ ਦੇ ਜਲਵੇ ਦਿਖਾ ਰਹੀ ਆ, ਤੇ ਲੋਕ ਇੱਥੇ ਬੇਵਕੂਫ ਨੇ, ਇਹਨੂੰ ਟੈਲੈਂਟ ਸਮਝ ਰਹੇ ਨੇ ਲੋਕਾਂ ਨੂੰ ਸ਼ਿਕੂ ਦਾ ਪੁੱਤ ਹੈ। ਐਂਡ ਐਕਸਕਿਊਜ਼ ਮੀ, ਦਿਸ ਇਜ਼ ਨੋਟ ਦੀ ਟੈਲੈਂਟ, ਇਹਨੂੰ ਕਹਿੰਦੇ ਨੇ ਮਰਦਾਨਾ ਕਮਜ਼ੋਰੀ। ਅਬੇ ਸਾਲੇ। ਐਂਡ ਗਾਈਜ਼, ਸੀਰੀਅਸਲੀ ਇਹ ਤਾਂ ਕੁਛ ਵੀ ਨਹੀਂ, ਮੇਰੇ ਦਿਮਾਗ ਦਾ ਨਾ ਗੁਰਦੁੰਬ ਚੜਕੜ ਧਾ 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 ਹੋ ਗਿਆ ਜਦੋਂ ਮੈਂ ਕੈਪਸ਼ਨ ਰੀਡ ਕੀਤਾ। ਕੈਪਸ਼ਨ 'ਚ ਨੰਨੀ ਕਲੀ ਕੀ ਲਿਖਦੀ ਆ, ਥੱਲੇ ਕਰ ਫੋਟੋ, ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਲਈ, ਪਲੀਜ਼ ਯਾਰ ਲਾਈਕ ਕਰ ਦਿਆ ਕਰੋ, ਲਵ ਯੂ ਟੂ ਮੱਚ। ਆਇਓ ਮਜੀ ਪਰ ਕੰਟਰੋਲ। ਸੋਰੀ ਗਾਈਜ਼, ਤੁਹਾਨੂੰ ਪਤਾ ਮੈਂ ਗੁੱਸੇ ਵਿੱਚ ਮੈਂ ਇੱਧਰ ਉੱਧਰ ਨਿਕਲ ਜਾਤਾ ਹੂੰ, ਲੇਕਿਨ ਸੀਰੀਅਸਲੀ ਗਾਈਜ਼, ਇੰਨੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਵਿੱਚ ਵੀ, ਹੱਥ 'ਚ ਟਰਾਈਪੋਡ ਫੜ ਕੇ ਅਤੇ ਕੈਮਰੇ ਮੂਹਰੇ ਲੁੱਡੀਆਂ ਪਾਉਣਾ ਕੋਈ ਸੌਖੀ ਗੱਲ ਥੋੜ੍ਹੀ ਆ, ਨਾਲੇ ਉਹ ਸਪੈਸ਼ਲ ਬਵਾ ਸੀਰ ਦਾ ਕੋਰਸ ਵੀ ਤਾਂ ਕਰਨਾ ਪੈਂਦਾ ਇਹਨੂੰ। ਅਤੇ ਇਸ ਕਾਲੀ ਐਕਟਿਵਾ ਵਾਲੀ ਛੂਈ ਮੂਹੀ ਦੇ ਟਿੱਕ ਠੋਕ 'ਤੇ 374,000 ਫੋਲੋਅਰਸ ਨੇ। ਲੈ ਹੁਣ 83,000 ਹੋ ਗਏ ਫੈਨ ਫੋਲੋਇੰਗ। ਅਖੰਡ ਸੋਰੀ ਯਾਰ ਗੁੱਸੇ 'ਚ ਮੈਂ ਇੱਧਰ ਉੱਧਰ ਨਿਕਲ ਜਾਤਾ ਹੂੰ। ਟਿੱਕਟੋਕ 'ਤੇ 374,000 ਫੋਲੋਅਰ, ਸੀਰੀਅਸਲੀ ਤੈਨੂੰ ਫੋਲੋ ਕੌਣ ਕੌਣ ਕਰਦਾ? ਮੇਰੇ 3.5 ਲੱਖ ਫੋਲੋਅਰਸ ਵਿੱਚੋਂ ਨਾ 79% ਮੇਲ ਆ, ਅਤੇ ਫੀਮੇਲਸ ਓਨਲੀ ਹੈਗੀਆਂ ਵਾਂ 21%। ਕੀ ਹੋਇਆ ਕੁੜੀਓ, ਮੇਰੀ ਬਿਊਟੀ ਨੂੰ ਵੇਖ ਕੇ ਜੈਲਸੀ ਕਰਦੀਆਂ ਪਈਆਂ, ਮੇਰੀ ਬਿਊਟੀ ਨੂੰ ਵੇਖ ਕੇ ਜੈਲਸੀ ਕਰਦੀਆਂ ਪਈਆਂ। ਓ ਭਾਈ ਮਾਰੋ ਮੁਝ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ। 79% ਮੇਲਸ ਯਾਨੀ ਮੁੰਡੇ ਫੋਲੋ ਕਰ ਰਹੇ ਨੇ। ਆ ਪੰਜਾਬ ਦੇ ਮੁੰਡਿਆਂ ਦਾ ਨਾ ਟੇਸਟ ਜਿਹੜਾ ਬਦਲਦਾ ਜਾ ਰਿਹਾ। ਆ ਕੀ ਸੀ ਓਏ, ਉਹ ਦਿਮਾਗ ਵਿੱਚ ਵੜ ਗਈ, ਨਿਕਲ ਨਿਕਲ ਨਿਕਲ, ਕਾਲੀ ਐਕਟਿਵ ਵਾਲੀ ਦਿਮਾਗ ਚ ਵੜ ਗਈ ਮੇਰੇ, ਨਿਕਲ ਗਈ ਨਿਕਲ ਗਈ। ਮੰਮੀ ਮੰਮੀ ਮੇਰੇ ਐਕਟਿਵ ਵੜ ਗਈ, ਮੰਮੀ ਕਾਲੀ ਐਕਟਿਵ ਵਾਲੀ ਦਿਮਾਗ ਚ ਵੜ ਗਈ ਮੇਰੇ, ਕੱਟੋ ਮੰਮੀ। ਮੈਂ ਇੰਟਰਾ ਮੈਂ ਚੈੱਕ ਕਰਦਾ, ਨਿਕਲ ਗਈ ਨਿਕਲ ਗਈ। ਬਾਬਾ ਜੀ ਬਾਬਾ ਜੀਸਸ ਜੂਸਸ ਸਾਰਾ ਕੁਛ। ਹਲੋ ਅੱਖ ਤੇ ਹਲ ਚੁੰਮਾ, ਪਤਾ ਨਹੀਂ ਵੀਰਵਾਰ ਆ ਕਿ ਜੁਮਾ, ਮੈਂ ਨਹੀਂ ਕਰ ਰਿਹਾ। ਅੱਖ ਸਰਮੇ ਸੇ ਭਰ ਕੇ ਤਿਆਰ ਕੀ, ਖਿੱਚ ਖਿੱਚ ਕੇ ਨਿਸ਼ਾਨੇ ਹੂੰ ਮੈਂ ਮਾਰਤੀ, ਖਿੱਚ ਖਿੱਚ ਕੇ ਨਿਸ਼ਾਨੇ ਹੂੰ ਮੈਂ ਮਾਰਤੀ। ਆਈ ਵੱਡੀ, ਤੇਰੇ ਤਾਂ ਖਿੱਚ ਖਿੱਚ ਕੇ ਨਾ ਵੱਜਣੀਆਂ ਚਾਹੀਦੀਆਂ। ਇੱਕ ਤਾਂ ਯਾਰ ਟਿੱਕਟੋਕ ਡਿਫਰੈਂਟ ਕਰਨ ਦੇ ਚੱਕਰ ਵਿੱਚ ਪਤਾ ਨਹੀਂ ਕੀ ਕਰੀ ਜਾਂਦੇ ਆ, ਤੇ ਆਹਾ ਮੈਡਮ ਨੇ ਖੋਤੇ ਦੀ ਪੂੰਛ ਦੇ ਵਾਲ ਲਟਕਾ ਕੇ ਕੀਤੀ ਇਹ ਕਮਾਲ। ਥੱਲੇ ਆਪਾਂ ਨਾ ਇਹਦੇ ਕਮੈਂਟਸ ਰੀਡ ਕਰਦੇ ਹਾਂ ਤੇ ਕਰਦੇ ਹਾਂ ਆਪਣੇ ਬੁਰੇ ਹਾਲ। ਟੈਂਪੂ ਹਾਂਜੀ, ਸਾਰੇ ਟਿੱਕਟੋਕ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੇ ਮੈਂ ਵੀਡੀਓ ਬਣਾਈ ਸੀ ਪਾ ਕੇ ਉਹਦੇ ਥੱਲੇ ਟੈਂਪੂ ਆਇਆ ਲਿਖਿਆ। ਚਲੋ ਕੋਈ ਗੱਲ ਨਹੀਂ, ਮੈਂ ਟੈਂਪੂ ਆਇਆ ਲਿਖਿਆ। ਗਾਇਜ਼ ਮੈਨੂੰ ਨਾ ਸੀਰੀਅਸਲੀ ਸਮਝ ਨਹੀਂ ਆਉਂਦਾ ਯਾਰ, ਇਹ ਟਿਕਟੋਕਰ ਸਟਾਰ ਬਣਨ ਦੇ ਚੱਕਰ ਵਿੱਚ ਕੁਛ ਵੀ ਕਰ ਰਹੇ ਨੇ। ਜੋ ਡਿਫਰੈਂਟ ਕਰਾਂਗੇ ਤਾਂ ਲਾਈਕਸ ਹੋਣਗੇ, ਵਿਊਜ਼ ਹੋਣਗੇ, ਮਤਲਬ ਕਮਾਲ ਹੋ ਜੂਗੀ। ਤੇ ਉਹਦੇ ਲਈ ਕੀ ਕਰ ਰਹੇ ਨੇ? ਰੋ ਰਹੇ ਨੇ, ਖੁਦਾ ਤੂਨੇ ਮੁਝੇ ਐਸਾ ਖਾਬ ਦਿਖਾਇਆ ਜਬ ਹਕੀਕਤ ਮੈਂ ਉਸੇ ਹੱਸ ਰਹੇ ਨੇ, ਲੁੱਡੀਆਂ ਪਾ ਰਹੇ ਨੇ। ਤੇ ਇੱਕ ਮੂੰਹ ਕਬਜੀ ਵਰਗਾ ਬਣਾ ਕੇ ਸਲੋ ਮੋਸ਼ਨ ਵੀਡੀਓ ਬਣਾਉਂਦੇ ਨੇ। ਅਰੇ ਭਈਆ ਤੁਮੇ ਕਬਜ਼ੇ ਕਿਆ? ਤੇ ਹੋਰ ਇਸ ਤੋਂ ਬਾਅਦ ਬਾਲਾਂ ਤੇ ਰੰਗ ਕਰ ਰਹੇ ਨੇ, ਕੋਈ ਹਰੇ ਲਾਲ, ਬੱਕਰੀ ਦੇ ਬਾਲ ਕੁਝ ਹਰੇ ਕੁਝ ਲਾਲ, ਸਾਰੇ ਰੰਗ ਤੁਹਾਨੂੰ ਟਿਕਟੋਕ ਤੇ ਮਿਲ ਜਾਣਗੇ। ਹਰੇ ਰੰਗ ਦੀ ਉਹ ਗ੍ਰਾਸ ਘਾਹ, ਕਿਸੇ ਨੇ ਬੱਕਰੀ ਛੱਡਤੀ ਨਾ ਉੱਤੋਂ ਤੇਰੇ ਬਾਲ ਖਾ ਜਾਣੇ, ਫਿਰ ਅੰਦਰ ਠੰਡ ਠੰਡ ਗੋਪਾਲ ਹੋਈ ਨੀ। ਕਿਸੇ ਨੇ ਵੀ ਆ ਕੇ ਦੱਦ 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 ਦੱਗ ਦਿੰਦਾ ਕਿੰਨਾ, ਉਹ ਨਾਲੇ ਉਹ ਵੀ ਹੋਣਾ ਬਾਲਾ ਬਾਲਾ। ਓਹੋ ਯਾਰ ਫਿਰ ਵਾਲ ਚੜੀ ਜਾਂਦੇ ਆ। ਮੈਨੂੰ ਸਮਝ ਨਹੀਂ ਆਉਂਦਾ ਇਹ ਲੋਕ ਆਪਣੇ ਬੋਡੀ ਨਾਲ, ਸਕਿਨ ਨਾਲ ਤੇ ਮੇਨਲੀ ਹੇਅਰ ਨਾਲ ਕਿਵੇਂ ਖਿਲਵਾੜ ਕਰ ਲੈਂਦੇ ਯਾਰ। ਗਾਇਜ਼ ਮੈਂ ਸੱਚੀ ਦੱਸਾਂ, ਮੈਨੂੰ ਆਪਣੇ ਵਾਲਾਂ ਨਾਲ ਬਹੁਤ ਪਿਆਰ ਆ, ਤੇ ਮੈਨੂੰ ਪਤਾ ਮੈਨੂੰ ਇੰਸਟਾਗ੍ਰਾਮ ਤੇ ਵੀ ਤੁਸੀਂ ਮੈਸੇਜ ਕਰਦੇ ਰਹਿੰਦੇ ਹੋ ਕਿ ਬ੍ਰੋ ਤੁਸੀਂ ਹੇਅਰ ਕੇਅਰ ਕਿਵੇਂ ਕਰਦੇ ਹੋ, ਜਾਂ ਤੁਸੀਂ ਸਟਾਈਲ ਕਿਵੇਂ ਕਰਦੇ ਹੋ, ਤੁਹਾਡੇ ਵਾਲ ਇੰਨੇ ਸਿਲਕੀ ਕਿਉਂ ਇਸ ਟਾਈਮ ਵੀ ਨਾ। ਬੜੇ ਸਿੰਪਲ ਜੇ ਮੈਂ ਟਿਪਸ ਲੈਂਦਾ, ਟ੍ਰਿਕਸ ਲੈਂਦਾ, ਜਿਹਦੇ ਨਾਲ ਮੈਂ ਵਾਲ ਮੇਰੇ ਬਹੁਤ ਸਮੂਥ ਰਹਿੰਦੇ ਨੇ, ਸਿਲਕੀ ਰਹਿੰਦੇ ਤੇ ਨਾ ਝੜਦੇ ਨੇ, ਤੇ ਉਹਦੇ ਲਈ ਤੁਸੀਂ ਇੱਕ ਵੀਡੀਓ ਦੇਖਣੀ ਆ। ਪਹਿਲੇ ਮੈਂ ਬਹੁਤ ਪਰੇਸ਼ਾਨ ਰਹਿਤਾ ਥਾ, ਸਟਾਈਲ ਕਰਤੇ ਸਮੇਂ ਬਾਲ ਝੜ ਜਾਤੇ ਥੇ, ਇਤਨੇ ਰਫ ਔਰ ਡਰਾਈ ਬਾਲ ਜੈਸੇ ਚਿੜੀਓ ਕਾ ਗੌਸਲਾ ਹੋ, ਕੋਈ ਲੜਕੀ ਮੁਝੇ ਭਾਵ ਤੱਕ ਨਹੀਂ ਦੇਤੀ ਥੀ। ਔਰ ਫਿਰ ਇੱਕ ਦਿਨ ਮੇਰੀ ਜ਼ਿੰਦਗੀ ਮੇਂ ਵਾਓ ਹੁਆ। और ये है वाओ के अनियन हेयर केयर प्रोडक्ट्स। और गाइस हेयर ट्रीटमेंट का पहला स्टेप है ऑयलिंग, और मैं यूज करता हूँ अनियन ब्लैक सीड हेयर ऑयल, नॉन स्टिकी नॉन ग्रीसी। और अब इसको हाथ में लें और फुसफुस करें, हथेलियों पे मल के सिर पे जोर जोर से चसें, और इसे शैंपू से आधा घंटा पहले लगा के रखना है, अगर पूरी रात लगाएं तो बहुत ही अच्छा है। स्टेप टू, अब हम करेंगे शैंपू, रेड अनियन ब्लैक सीड ऑयल शैंपू जिसमें ढेर सारा है अनियंस। After wash, step 3. अभी गीले बालों पे लगाएं रेड अनियन ब्लैक सीड ऑयल हेयर कंडीशनर। वूहू, फीलिंग वाओ। गाइस अगर आपके बाल अभी भी डैमेज हैं तो आप कंडीशनर को स्किप करके हेयर मास्क अप्लाई कर सकते हैं, और जो हमारी गर्ल्स टिकटॉक चलाती हैं, मैं तो चलाता नहीं, उनके लिए ये हेयर मास्क बहुत अच्छा है। So guys, link is in the description, ja ke tusi wow de products khareed sakde ho jinu istemal karan ton baad tode hair ho jane wow। Bada maza aa raha, jis gal da maza hai us gal da maza hai, speed badhao। ਵਾਹ, ਇਹ ਨੇ ਜੀ ਸਾਡੇ ਟਿਕ ਟੌਕ ਸਟਾਰ, ਆਪਣੀ ਤਸ਼ਰੀਫ ਮਟਕਾਓ ਤੇ ਸਟਾਰ ਬਣ ਜਾਓ। ਇਹ ਸਭ ਮਟਕਾਉਣ ਵਾਲੀ ਜਿਹੜੀ ਪ੍ਰਕੋਪ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਉਹ ਪੱਖੀ ਬੋਏ ਨੇ। ਇੰਨਾ ਆਸਾਨ ਆ ਸਟਾਰ ਬਣਨਾ, ਮੈਂ ਵੀ ਟਰਾਈ ਕਰਦਾ। ਨਿਕਲ ਪਹਿਲੀ ਫੁਰਸਤ ਮੈਂ ਨਿਕਲ। ਉਹ ਵੈਸੇ ਕੁੜੀਆਂ ਫੇਲ ਲੈਣਾ, ਤੇ ਆ ਜਿਹੜੀ ਮੈਡਮ ਮਟਕਾ ਰਹੀ ਆ ਕਮਰ ਨੂੰ, ਨਿਦਰੋ ਭੰਗ ਪੀਓ ਗਾ ਲਾਲ, ਉਹ ਤੈਨੂੰ ਚਲੋ ਨਿਕਲੇ ਤੂੰ ਭੈਣ ਚਲ ਨਿਕਲ, ਦਾਰੂ ਪੀਓ ਗੱਲਾਂ ਲਾਲ, ਆ ਤੂੰ ਫਿਰ ਫੜ ਲਓ ਫੜ ਲਓ, ਆਜੋ ਫੜ ਲਓ ਇਹਨੂੰ ਫੜ ਲਓ, ਓਏ ਬੰਦੇ ਬੈ ਗਿਆ ਮੈਨੂੰ, ਓਏ ਬੰਦੇ ਬੈ ਗਿਆ, ਮੇਰੀ ਗੱਲ ਸੁਣ ਲਾ, ਆ ਨਾ ਛਿੱਤਰ ਤੇਰੀ ਤਸ਼ਰੀਫ ਤੇ ਮਾਰ ਮਾਰ ਕਰ ਦੂੰ, ਕਮਾਲ ਢਿੱਡ ਮੂੰਹ ਲੱਤਾਂ ਗੋਡੇ ਸਭ ਕੁਝ ਕਰ ਦੂੰ, ਲਾਲ ਹੀ ਲਾਲ ਲਾਲ ਮੁੰਡਾ ਲਾਲ ਲਾਲ ਲਾਲ, ਪਤਾ ਨਹੀਂ ਮੂੰਹ ਚ ਉਹ ਬਹੁਤ ਕਰਦਾ ਰਹਿੰਦਾ, ਪਰ ਵਾਈ ਘੈਂਟ ਆ ਯਾਰ ਇਹਦੀਆਂ, ਮੈਂ ਦੇਖੀਆਂ ਵੀਡੀਓਜ਼ ਵੱਲਾਂ ਵੀ। ਤੇ ਯਾਰ ਟਿਕਟੋਕ ਤੇ ਨਾ ਉੱਤੇ ਤੋਂ ਉੱਤੇ ਐਟਮਾਂ ਪਈਆਂ ਨੇ, ਐਟਮ ਦੀ ਗੱਲ ਦੱਸਾਂ ਇੱਥੇ ਬੱਚੇ ਹੀ ਨਹੀਂ ਬੁੱਢੇ ਅੰਕਲ ਵੀ ਕਰ ਰਹੇ ਨੇ ਧਮਾਲ। ਜੋਬ ਤੋਂ ਨਾ ਹੁੰਦੇ ਸਰ ਕਹਿਣਗੇ ਚੱਕੋ ਕੈਮਰਾ ਟ੍ਰਾਈਪੋਡ, ਟਿਕਟੋਕ ਤੇ ਕਰਦੇ ਆ ਕੁਛ ਕਮਾਲ। ਐਕਸਕਿਊਜ਼ ਮੀ,
आप जल्दी इधर से भाग जाओ। क्यों? क्योंकि मेरे दोस्त बोल रहे हैं कि मुझे यही भाभी चाहिए। बाबा टाइम बहुत खराब आ गया है। सो गाइस आज लई एना ही सीगा यार, होर वीडियोस बनांदा रहूंगा, लेकिन थानू वीडियो किदां दी लगी ओ बहुत इंपॉर्टेंट आ। अगर थानू पसंद आई वीडियो थले लाइक कर दो, कमेंट कर दो, ते मैनू दसो वीडियो दा बेस्ट पार्ट थानू केड़ा लग्या जिदे विच थानू भरपूर हसी आई सीगी। एंड गाइस मैनू काफी कहंदे ने वी तू टिकटॉक नू रोस्ट क्यों करदा, मैं टिकटॉक दे खिलाफ नहीं हैगा यार। अज तो 2 साल पहले ना मैनू बहुत वधिया लगदा हुंदा सी टिकटॉक, मैं वीडियोस देखदा सी। एक्चुअली उदों टैलेंट देखण नू मिलदा हुंदा सी, मैं वीडियोस देखदा सी, मेरे फ्रेंड्स वी वीडियो बनांदे टिकटॉक। लेकिन हुण टिकटॉक खोली दा यार, टैलेंट तां छड्डो, होर ही रंगे बिरंगे बंदे आए हुंदे ने, ते मैनू नहीं लगदा। एक तां ना टिकटॉक दा मैनू फॉर्मेट सीरियसली मैनू पसंद नहीं आया, क्योंकि आपां यूट्यूब ते जदों वीडियो देखदे हो तुहाडे सामने थंबनेल हुंदा, आपां क्लिक करदे आ तां आपां नूं वीडियो दिखदी आ। टिकटॉक ते आपां स्वाइप कीता उपर नूं फलों पता नहीं की सप निकल आवे, तां मैनू लगदा कि बच्चे भी देखदे ने तां सियाणिआं ते भी असर पै रिहा। देख ही रिहा किदां सियाणिआं ते किहड़ा असर पै रिहा ओला, ते तां करके मैनू उहदा फॉर्मेट नहीं हुण पसंद आ रहा। ते यार गल्लां तां जिन्नियां मर्जी कराई, चलो आपां नैक्सट वीडियो विच होर गल्लां करांगे। चलो जी मैं लैना तुहाडे तों इजाजत, तुहाडा अपना अमन औजला, मिलदे आ नैक्सट वीडियो विच। तद तक लई किद्दां फिर, मैनू पता छोटे हो गए ने, पर आपां जिम ज्वाइन कर लिया दुबारा, मिलदे आ नैक्सट वीडियो विच।